ਪਾਸਟਰ ਆਇਆ ਸੀਗਾ, ਕਿਆ ਕਹਿੰਦਾ? ਠੀਕ ਹੋ ਜਾਊਗੇ, ਸੰਗਤ ਤੇ ਆਇਆ ਕਰੋ, ਸੰਗਤ ਤੇ ਆਇਆ ਕਰੋ, ਫਿਰ ਠੀਕ ਹੋਏ। ਨੰਬਰ ਦੇ, ਮੈਂ ਫੋਨ ਕਰਨਾ। ਸਿਕੰਦਰ ਪਾਸਟਰ ਬੋਲਦੇ ਮੇਰੇ? ਹਾਂਜੀ ਹਾਂਜੀ। ਸਿਕੰਦਰ ਪਾਸਟਰ, ਮੈਂ ਸਵਰਨਜੀਤ ਸਿੰਘ ਗੱਲ ਕਰ ਰਿਹਾ ਚੰਡੀਗੜ੍ਹ ਤੋਂ। ਮੈਂ ਤੁਹਾਡੇ ਪਿੰਡ ਆਇਆ ਹੋਇਆ ਸੀਗਾ। ਕਿਹੜਾ ਪਿੰਡ ਹੈ? ਚੱਕ ਗਾਂਧਾ ਸਿੰਘ। ਚੱਕ ਗਾਂਧੇ ਵਾਲਾ? ਇਹ ਤਾਂ ਬਠਿੰਡੇ ਤੋਂ ਆਏ। ਬਠਿੰਡੇ ਤੋਂ ਆਏ? ਨਹੀਂ, ਗਲਤ ਨੀ ਲਾਇਆ। ਬੋਹੜ ਸਿੰਘ ਕੋਲ ਤੁਸੀਂ ਆਉਂਦੇ ਹੁੰਦੇ ਸੀ ਨਾ ਇਹਨੂੰ ਠੀਕ ਕਰਨ ਲਈ? ਪਛਾਣ ਲਿਆ ਜੀ, ਇਹ ਹੋਇਆ ਨੀ ਠੀਕ ਤੁਹਾਡੇ ਤੋਂ? ਤੁਸੀਂ ਕੌਣ ਬੋਲਦੇ? ਮੈਂ ਸਵਰਨਜੀਤ ਸਿੰਘ ਬੋਲ ਰਿਹਾ ਚੰਡੀਗੜ੍ਹ ਤੋਂ, ਮੈਂ ਦੱਸਦਾ ਰਿਹਾ। ਇਹ ਹੋਇਆ ਨੀ ਠੀਕ? ਨਹੀਂ, ਤੁਸੀਂ 2 ਸਾਲ ਲੱਗੇ ਰਹੇ ਕਹਿੰਦੇ। ਮੈਂ ਮੋਹਾਲੀ ਤੋਂ ਬੋਲਦਾ। ਮੈਂ ਸਰਵ ਹਿਊਮੈਨਿਟੀ ਸਰਵ ਗੋਡ ਚੈਰੀਟੇਬਲ ਟਰੱਸਟ ਦੇ ਨਾਮ ਤੋਂ ਸੰਸਥਾ ਚੱਲਦੀ ਹੈ ਉੱਥੇ, ਮੈਂ ਉੱਥੋਂ ਬੋਲਦਾ। ਸਾਡੇ ਕੋਲ ਨਾ ਇਸ ਤਰ੍ਹਾਂ ਦੇ ਤਕਰੀਬਨ 100 ਕੁ ਮਰੀਜ਼ ਹੈ, ਖੜਾ ਕਰ ਦੂੰਗਾ ਉਹਨਾਂ ਨੂੰ। ਦੇਖੋ ਜੀ, ਇਸ ਗੱਲ ਦੇ ਵਿੱਚ ਕੋਈ ਬਹਿਸਬਾਜ਼ੀ ਨਹੀਂ। ਨਹੀਂ, ਜਦ ਬੰਦੇ ਨੂੰ ਸਪਾਈਨਲ ਕੋਰਡ ਇੰਜਰੀ ਹੋਈ ਹੋਈ ਹੈ, ਜਿਹਦਾ ਦੁਨੀਆ ਭਰ ਦੇ ਵਿੱਚ ਰਿਸਰਚ ਚੱਲ ਰਹੀ ਹੈ ਔਰ ਇਲਾਜ ਨਹੀਂ ਆਇਆ, ਤਾਂ ਤੁਸੀਂ ਕਿਵੇਂ ਖੜਾ ਕਰ ਦਿੰਦੇ ਹੋ? ਮੈਂ ਜਾਣਨਾ ਚਾਹੁੰਦਾ ਸੀਗਾ। ਮੇਰੀ ਗੱਲ ਸੁਣੋ, ਮੈਂ ਤੁਹਾਨੂੰ ਪਹਿਲਾਂ ਦੱਸ ਕੇ ਹਟਿਆ ਕਿ ਜੋ ਵੀ ਕੰਮ ਕਰਨਾ ਹੈ ਪ੍ਰਭੂ ਨੇ ਕਰਨਾ ਹੈ। ਤੁਸੀਂ ਕੀ ਕਰਨਾ ਫਿਰ? ਅਸੀਂ ਪ੍ਰੇਅਰ ਕਰਦੇ। ਤੁਸੀਂ ਪ੍ਰੇਅਰ ਕਰ ਦਿਓ, ਕਰਨਾ ਪ੍ਰਭੂ ਨੇ। ਤੇ ਤੁਹਾਡਾ ਕੋਈ ਮਰੀਜ਼ ਠੀਕ ਹੋਇਆ ਅੱਜ ਤੱਕ? ਮਰੀਜ਼ ਪ੍ਰਭੂ ਨੇ ਠੀਕ ਕੀਤੇ ਬਥੇਰੇ। ਸਾਡੇ ਕੋਲ ਧੱਕੇ ਖਾ ਖਾ ਕੇ ਪਹੁੰਚਦੇ ਇੱਥੇ, ਲੱਖਾਂ ਰੁਪਏ ਲਟਾ ਕੇ। ਮੈਂ ਗੱਲ ਤਾਂ ਦੇਖੋ, ਠੀਕ ਬ੍ਰਦਰ ਜੀ, ਇਸ ਤਰੀਕੇ ਨਾਲ ਗੱਲ ਨਹੀਂ ਕਰਦੇ ਹੁੰਦੇ। ਯਾਰ, ਤੁਸੀਂ ਜ਼ਿੰਦਾ ਲਾਸ਼ਾਂ ਨਾਲ ਖੇਡ ਰਹੇ ਹੋ। ਬੰਦਾ 10 ਸਾਲ ਤੋਂ ਇਹ ਰਿਕਵਰ ਕਰ ਸਕਦਾ ਸੀਗਾ ਔਰ ਬੰਦਾ ਇਹ ਇੱਥੇ ਪਿਆ ਰਿਹਾ, ਇਹਦਾ ਜੋ ਰਿਕਵਰੀ ਟਾਈਮ ਸੀ ਉਹ ਮਿਸ ਕਰ ਗਿਆ ਹੈ ਨਾ ਇਹ। ਕੌਣ ਕੌਣ? ਆਹ ਬੋਹੜ ਸਿੰਘ, ਇਹ ਸੁਪਰਸਟੀਸ਼ਨ ਦੇ ਨਾਮ ਤੇ ਹੈ ਨਾ, ਸੁਪਰਸਟੀਸ਼ਨ ਦੇ ਨਾਮ ਤੇ ਤੁਸੀਂ ਆਹ ਇਹਨੂੰ ਮਿਸ ਕਰਾਤਾ ਸਾਰਾ, ਜੋ ਇਹਦਾ ਰਿਕਵਰੀ ਟਾਈਮ ਸੀ ਉਹ ਲੈਪਸ ਹੋ ਗਿਆ। ਅਸੀਂ ਸਪਾਈਨਲ ਕੋਰਡ ਇੰਜਰੀ ਤੇ ਹੀ ਕੰਮ ਕਰਦੇ ਹਾਂ, ਇਹਨੂੰ ਸਪਾਈਨਲ ਕੋਰਡ ਇੰਜਰੀ ਹੋਈ ਹੈ D7-D8 ਲੈਵਲ ਦੀ। ਅਸੀਂ ਤਾਂ ਠੀਕ ਕਰ ਦਾਂਗੇ, ਅਸੀਂ ਤਾਂ ਮੈਡੀਕਲ ਸਾਇੰਸ ਤੋਂ ਠੀਕ ਕਰਾਂਗੇ, ਅਸੀਂ ਕੋਈ ਸੁਪਰਸਟੀਸ਼ਨ ਤੇ ਲੈ ਕੇ ਨਹੀਂ ਠੀਕ ਕਰਾਂਗੇ। ਮੈਡੀਕਲ ਸਾਇੰਸ ਤਾਂ ਬਹੁਤ ਕੁਝ ਕਰ ਲਈਏ ਸਾਹਿਬ। ਨਹੀਂ, ਤੁਸੀਂ ਰਿਲੀਜੀਅਨ ਨੂੰ ਔਰ ਮੈਡੀਕਲ ਸਾਇੰਸ ਨੂੰ ਮਿਕਸ ਕਿਉਂ ਕਰਦੇ ਹੋ? ਤੁਸੀਂ ਕਰਦੇ ਹੋ ਬਿਲਕੁਲ, ਇਹਨੂੰ ਇਹਨੂੰ ਮੈਡੀਕਲ ਪ੍ਰੋਬਲਮ ਹੈ, ਤੁਸੀਂ ਰਿਲੀਜੀਅਸਲੀ ਇਹਨੂੰ ਕਿਵੇਂ ਠੀਕ ਕਰੋਗੇ? ਤੁਹਾਨੂੰ ਆਖਿਆ ਆਖਿਆ ਕੀ ਰਿਹਾ? ਕਿਆ ਚੀਜ਼ ਹੈ? ਆਹੀ ਕਿ ਅਸੀਂ ਭਾਈ ਕਹਿੰਦੇ ਸਾਇੰਸ ਨੂੰ ਵਿੱਚ ਲੈ ਰਹੇ ਹਾਂ। ਨਹੀਂ, ਇਹਨੂੰ ਇੱਕ ਮੈਡੀਕਲ ਪ੍ਰੋਬਲਮ ਹੋਈ ਹੈ ਨਾ ਇਹਨੂੰ, ਕਿ ਤੁਸੀਂ ਇਹਨਾਂ ਨੂੰ ਐਂ ਤਾਂ ਪੁੱਛੋ ਕਿ ਭਾਈ ਅਸੀਂ ਤੁਹਾਨੂੰ ਕਹਿੰਦੇ ਕਦੀ ਮੈਡੀਕਲ ਮੈਡੀਸਿਨ ਲੈਣ ਤੋਂ ਕਿਤੇ ਮਨਾ ਕੀਤਾ? ਜੋ ਤੁਸੀਂ ਇਹਨੂੰ ਮੈਡੀਕਲ ਇਸ਼ੂ ਆਇਆ ਹੋਇਆ ਤੁਸੀਂ ਕਹਿੰਦੇ, ਮੈਂ ਉਹਨੂੰ ਰਿਲੀਜੀਅਸਲੀ ਹੈਂਡਲ ਕਰੂੰਗਾ। ਕਿਹੜੇ ਪਾਗਲ ਨੇ ਕਹਿਤਾ ਤੁਹਾਨੂੰ? ਮੈਂ ਤਾਂ ਇਹ ਗੱਲ ਕਹੀ ਨਹੀਂ। ਤੁਸੀਂ ਇਹਨਾਂ ਦੇ ਘਰੇ ਵੜ ਕੇ ਪ੍ਰੇਅਰ ਕਰ ਰਹੇ ਹੋ, ਠੀਕ ਤਾਂ ਇਹ ਹੁੰਦੇ ਨਹੀਂ, ਇਹ ਸਿੱਖ ਧਰਮ 'ਚ ਬੰਦੇ ਸੀਗੇ। ਸਿੱਖ ਧਰਮ 'ਚ ਸੀਗੇ ਤਾਂ ਮੇਰੀ ਗੱਲ ਸੁਣੋ, ਤੁਹਾਨੂੰ ਇਹ ਗੱਲ ਕਿੰਨੇ ਇਹਨਾਂ ਬਾਰੇ ਤੁਹਾਨੂੰ ਆਖਿਆ ਕਿਹਨੇ? ਮੈਨੂੰ ਤਾਂ ਪਿੰਡ ਵਾਲਿਆਂ ਨੇ ਦੱਸਿਆ ਸਾਰਿਆਂ ਨੇ।
ਜਾਂ ਮੇਰੇ ਬਾਰੇ ਅੱਖ ਅੱਖ ਰੱਖ ਕੇ ਕਿਹਨੂੰ? ਤੁਸੀਂ ਇੱਥੇ ਆ ਕੇ ਵੜਦੇ ਰਹੇ ਹੋ, ਇਹਨਾਂ ਨੇ ਧਰਮ ਪਰਿਵਰਤਨ ਕਰਦੇ ਰਹੇ ਹੋ, ਇਹਨਾਂ ਦਾ ਇਹ ਸਿੱਖ ਧਰਮ ਦੇ ਬੰਦੇ, ਤੁਸੀਂ ਆਪਣੇ ਧਰਮ ਚ ਕਨਵਰਟ ਕਾਹਨੂੰ ਕਰਦੇ ਹੋ ਇਹਨਾਂ ਨੂੰ? ਜੇ ਤੁਹਾਨੂੰ ਕੋਈ ਬੁਲਾਊਗਾ ਨਾ ਤੇ ਤੁਸੀਂ ਜਾਓਗੇ? ਤੁਸੀਂ ਹਮੇਸ਼ਾ ਉਸੇ ਜਗ੍ਹਾ ਕਿਉਂ ਵੜਦੇ ਹੋ ਜਿੱਥੇ ਇਲੀਟਰੇਸੀ ਹੁੰਦੀ ਹੈ, ਜਿੱਥੇ ਕੋਈ ਮੈਡੀਕਲ ਇਸ਼ੂ ਹੁੰਦੇ ਆ? ਚੰਗੇ ਭਲੇ ਬੰਦੇ ਤੇ ਯਾਰ ਤੁਸੀਂ ਵੜਦੇ ਨਹੀਂ ਹੈਗੇ, ਤਗੜੇ ਬੰਦੇ ਤੇ, ਜਿਹੜਾ ਫਾਈਨੈਂਸ਼ੀਅਲੀ ਚਾਰ ਪੈਸੇ ਹੋਣ, ਤਗੜੇ ਬੰਦੇ ਦੇ ਘਰ ਵੜ ਕੇ ਦੇਖੋ ਯਾਰ ਇੱਕ ਵਾਰੀ। ਤੁਸੀਂ ਵੜ ਕੇ ਤਾਂ ਦੇਖੋ ਕਿਸੇ ਤਗੜੇ ਬੰਦੇ ਦੇ, ਮੈਂ ਮੋਹਾਲੀ ਬੈਠਾ, ਮੇਰੀ ਕੋਠੀ ਵੜ ਕੇ ਦੇਖੋ ਤੁਸੀਂ। ਮੈਂ ਉਹੀ ਤਾਂ ਕਹਿ ਰਿਹਾ, ਤਗੜੇ ਬੰਦੇ ਤੇ ਵੜ ਕੇ ਦੇਖੋ ਨਾ ਇੱਕ ਵਾਰੀ ਤੁਸੀਂ। ਗਰੀਬਾਂ ਤੇ ਆ ਜਿਹੜੇ ਅਨਪੜ ਬੰਦੇ ਹੁੰਦੇ ਉੱਥੇ ਵੜਦੇ ਹੋ ਤੁਸੀਂ? ਯਾਰ ਕਮਾਲ ਦੀ ਗੱਲ ਹੈ, ਜਿੰਦਾ ਲਾਸ਼ ਜਿਹੜੇ ਬੰਦਾ ਮਰੇਗਾ ਬੈੱਡ ਸੋਰ ਨਾਲ, ਇਹਦੀ ਮੌਤ ਦਾ ਕੌਣ ਜ਼ਿੰਮੇਵਾਰ ਹੋਏਗਾ? ਤੁਸੀਂ ਹੋਵੋਗੇ? ਤੁਹਾਨੂੰ ਕੀ ਕਰ ਲੈਂਦੇ ਤੇ ਬੈੱਡ ਸੋਰ ਠੀਕ ਕਰਕੇ, ਪ੍ਰੇਅਰ ਕਰਕੇ? ਫਿਰ ਪ੍ਰੇਅਰ ਸਾਡਾ ਕੰਮ ਹੈ, ਪ੍ਰੇਅਰ ਕਰਨਾ ਤਾਂ ਇਹਦੇ ਬੈੱਡ ਸੋਰ ਠੀਕ ਕਰ ਦਿਓ ਨਾ ਫਿਰ। ਉਹ ਜਿਹੜਾ PGI ਖੁੱਲਿਆ ਬੈਠਾ ਆ, ਬੜੇ ਬੜੇ ਹਸਪਤਾਲ ਹੈ, ਬੰਦ ਕਰ ਦਿੰਦੇ ਆ, ਤੁਸੀਂ ਕਰੀ ਜੋ ਕਰਲੇ ਪੇਰੇ ਪ੍ਰੇਅਰ ਇੱਥੇ। ਇਹਦਾ ਇਹ ਡਾਕਟਰ ਦਾ ਮੂਰਖ ਹੈ, ਨਰਸਾਂ ਦਾ ਮੂਰਖ ਹੈ, ਤੁਸੀਂ ਉਹ ਪੜ੍ਹੀ ਜਾਂਦੇ ਪਾਗਲਾਂ ਵਾਂਗ। ਡਾਕਟਰ ਦਾ ਮੂਰਖ ਹੈ, ਉਹੀ ਤਾਂ ਕਹਿ ਰਹੇ ਇੰਨੇ ਲੱਖਾਂ ਰੁਪਏ ਦੀ ਪੜ੍ਹਾਈ ਕਰਦੇ ਹੋ, ਮੂਰਖ ਨੇ। ਹਾਂ ਮੈਂ ਉਹੀ ਤਾਂ ਕਹਿ ਰਿਹਾ, ਤੁਹਾਡਾ ਜੋ ਵਿਊ ਪੁਆਇੰਟ ਆਹੀ ਹੈ ਕਿ ਉਹ ਮੂਰਖ ਨੇ, ਉਹ ਤਾਂ ਤੁਹਾਡਾ ਅਦਰ ਵਿਊ ਪੁਆਇੰਟ ਕਿਆ? ਇਹੀ ਹੋਇਆ ਨਾ, ਜਦ ਤੁਸੀਂ ਆਹ ਜਾਦੂ ਮੰਤਰ ਨਾਲ ਸਾਰਾ ਠੀਕ ਕਰ ਦੇਣਾ ਤਾਂ ਉਹ ਮੂਰਖ ਹੀ ਜਿਹੜੇ ਪੜ੍ਹਾਈ ਕਰੀ ਜਾਂਦੇ 10-10 ਸਾਲ, 15-15 ਸਾਲ। ਭਰਾ ਮੇਰਿਆ, ਲੋਕਾਂ ਨੂੰ ਮਾਰਨਾ ਬੰਦ ਕਰ ਦਿਓ ਤੁਸੀਂ ਯਾਰ ਪਖੰਡਵਾਦ ਦੇ ਨਾਮ ਤੇ, ਹੈ ਨਾ? ਜਿੰਦਾ ਲਾਸ਼ਾਂ ਨਾਲ ਖੇਡ ਰਹੇ ਹੋ, ਬੰਦੇ ਮਰ ਰਹੇ ਆ ਬੈੱਡ ਸੋਰ ਚੋਂ, 10-10 ਸਾਲ ਤੋਂ ਬੇਚਾਰੇ ਬੈੱਡ ਤੇ ਪਏ ਆ, ਤੁਹਾਡਾ ਪਖੰਡਵਾਦ ਨੀ ਮੁੱਕਦਾ? ਕਿਆ ਪਖੰਡਵਾਦ ਦੱਸੋ? ਅਸੀਂ ਤਾਂ ਮੈਡੀਕਲ ਸਾਇੰਸ ਰਾਹੀਂ ਠੀਕ ਕਰਾਂਗੇ। ਤੁਹਾਨੂੰ ਹਾਰਟ ਅਟੈਕ ਆਉਂਦਾ ਜਾਂ ਤੁਹਾਨੂੰ ਹੋਰ ਕੋਈ ਮੈਡੀਕਲ ਇਸ਼ੂ ਆਉਂਦਾ, ਹਸਪਤਾਲ ਜਾਂਦੇ ਹੋ ਨਾ? ਵਰਗਲਾਣਾ ਬੜਾ ਸੌਖਾ, ਕਿਸੇ ਨੂੰ ਵੀ ਵਰਗਲਾਣਾ ਬੜਾ ਸੌਖਾ ਹੈ, ਗਲਤ ਪਾਸੇ ਪਾਉਣਾ ਬੜਾ ਸੌਖਾ ਹੈ। ਤੁਸੀਂ ਕਹੋ ਯਾਰ ਤੁਸੀਂ PGI ਜਾ, ਆਪਣਾ ਇਲਾਜ ਕਰਾ ਯਾਰ, ਤੈਨੂੰ ਮੈਡੀਕਲ ਟ੍ਰੀਟਮੈਂਟ ਦੀ ਲੋੜ ਹੈ ਤੈਨੂੰ। ਮੇਰੀ ਗੱਲ ਸੁਣੋ ਪਹਿਲਾਂ, ਅਸੀਂ ਬਥੇਰੀ ਉਹਨਾਂ ਦੀ ਹੈਲਪ ਕੀਤੀ ਹੈ, ਠੀਕ ਹੈ, ਤੇ ਕਹਿਣ ਦਾ ਭਾਵ ਕੀ ਹੈਗਾ, ਅਸੀਂ ਕਦੀ ਉਹਨਾਂ ਨੂੰ ਮੈਡੀਸਿਨ ਲੈਣ ਤੋਂ ਅਸੀਂ ਮਨਾ ਨਹੀਂ ਕੀਤਾ। ਉਹ ਮਹਾਰਾਜ ਜੀ, ਇਹਨਾਂ ਨੂੰ PGI ਭੇਜੋ, ਹਸਪਤਾਲ ਭੇਜੋ, ਆਪਣੇ ਪ੍ਰੇਅਰ ਦੇ ਪਿੱਛੇ ਧਰਮ ਨਾ ਲਾਓ, ਧਰਮ ਪਰਿਵਰਤਨ ਨਾ ਕਰੋ। ਇੱਥੇ ਲੋਕ ਕੁਰਬਾਨੀਆਂ ਦੇ ਕੇ ਪੱਗਾਂ ਬੰਨੀਆਂ ਲੋਕ ਗੁਰੂ ਸਾਹਿਬਾਨਾਂ ਨੇ, ਤੁਸੀਂ ਇੱਥੇ ਧਰਮ ਪਰਿਵਰਤਨ ਕਰਦੇ ਫਿਰਦੇ ਹੋ, ਤੁਹਾਨੂੰ ਸ਼ਰਮ ਨੀ ਆਉਂਦੀ ਯਾਰ ਜੇ ਤੁਸੀਂ ਆਹ ਪਖੰਡਵਾਦ ਕਰਦੇ ਹੋ? ਮੈਨੂੰ ਕਿਆ ਕਹਿੰਦੇ ਗਾ ਤੂੰ? ਠੀਕ ਹੈ, ਮੈਂ ਤੈਨੂੰ ਕਹਿ ਰਿਹਾ ਹਸਪਤਾਲ ਹੈਗੀ ਹੈ ਨਾ ਪਹੁੰਚ, ਤੂੰ ਲੈ ਜਾ।
ਮੈਂ ਤਾਂ ਕਰਾ ਹੀ ਰਿਹਾ, ਮੈਂ ਇਹਨੂੰ ਇੰਡੀਪੈਂਡੈਂਟ ਵੀ ਕਰੂੰਗਾ, ਮੈਂ ਇਹਨੂੰ ਠੀਕ ਵੀ ਕਰ ਦੂੰਗਾ। ਤੁਸੀਂ ਇਲਾਜ ਕਰਾ ਦੋ ਜੀ, ਠੀਕ ਹੁੰਦਾ ਨਾ ਤੇ ਹਾਂ ਬੰਦਾ ਜੀ, ਜੇ ਜੇ ਭਾਈ ਕਹਿੰਦੇ ਤੁਹਾਡੇ ਲਾਇਕ ਹੋਇਆ, ਤੁਸੀਂ ਉਹਨੂੰ ਜਿੱਥੇ ਤੁਸੀਂ ਉਹਨੂੰ ਕਹੋਗੇ ਉਦੋਂ ਉਹਨੂੰ ਉੱਥੇ ਝੁਕਾ ਦਿਓ। ਅਸੀਂ ਤਾਂ ਇਨਸਾਨੀਅਤ ਦੇ ਅੱਗੇ ਝੁਕਾਵਾਂਗੇ, ਅਸੀਂ ਵਨਨੈਸ ਦੇ ਅੱਗੇ ਝੁਕਾਵਾਂਗੇ, ਠੀਕ ਹੈ। ਅਸੀਂ ਗੁਰੂ ਨਾਨਕ ਪਾਤਸ਼ਾਹ ਦੇ ਮੈਸੇਜ ਦੇ ਅੱਗੇ ਝੁਕਾਉਂਦੇ ਹਾਂ, ਅਸੀਂ ਧਰਮ ਚ ਔਰ ਪਖੰਡਵਾਦ ਨੂੰ ਪ੍ਰਮੋਟ ਨਹੀਂ ਕਰਦੇ। ਇਹੀ ਕੰਮ ਕਰਦੇ ਆ, ਇਹੀ ਕੰਮ ਕਰਦੇ ਆ। ਫਾਇਰ ਫਾਇਰ ਕਰ ਕਰਕੇ ਫਾਇਰ ਕਰ ਕੇ ਹਾਂ ਹਾਂ ਬਿਲਕੁਲ ਫਾਇਰ ਕਰ ਕਰਕੇ ਹਾਂ। ਦੇਖੋ ਹਰ ਇੱਕ ਧਰਮ ਦੇ ਵਿੱਚ ਸਭ ਨੂੰ ਅਥਾਰਟੀ ਹੈ ਕਿ ਆਪਣਾ ਜਿਸ ਜਿਸ ਉਹਨੂੰ ਕਹਿੰਦੇ ਆ ਬਾਈਬਲ, ਚਾਹੇ ਗੁਰੂ ਗ੍ਰੰਥ ਸਾਹਿਬ, ਚਾਹੇ ਕੁਰਾਨ, ਚਾਹੇ ਕੀ ਧਰਮ ਹੈ, ਕੁਛ ਵੀ ਪੜ੍ਹੇ ਲਿਖੇ ਹੋ। ਮੈਂ ਤਾਂ ਭੋਲਾ ਨੀ ਪੜਿਆ, ਤੁਹਾਨੂੰ ਮੈਂ ਦੇਖ ਰਿਹਾ ਕਿ ਤੁਸੀਂ ਅਗਰ ਪੜ੍ਹੇ ਲਿਖੇ ਹੋ ਨਾ, ਤੁਸੀਂ ਕਿਸ ਲੈਂਗੁਏਜ ਵਿੱਚ ਗੱਲ ਕਰ ਰਹੇ ਹੋ? ਆਹ ਤਾਂ ਮੇਰੀ ਸਭ ਤੋਂ ਸਿਵਿਲਾਈਜ਼ ਲੈਂਗੁਏਜ ਹੈ, ਜੋ ਤੁਹਾਡੇ ਕੰਮ ਫੜੇ ਹੋਏ ਨੇ ਪੰਜਾਬ ਚ, ਇਹ ਸਭ ਤੋਂ ਸਿਵਿਲਾਈਜ਼ ਲੈਂਗੁਏਜ ਹੈ ਮੇਰੀ। ਤੁਸੀਂ ਮੈਨੂੰ ਫੋਨ ਨਹੀਂ ਲਾਉਂਦੇ ਸੀਗੇ, ਤੁਸੀਂ ਜਾ ਕੇ ਉਸ ਗਰੀਬ ਬੰਦੇ ਦੀ ਤੁਸੀਂ ਹੈਲਪ ਕਰਦੇ, ਮੈਂ ਉਸ ਬੰਦੇ ਦੇ ਨਾਲ ਖੜਾ ਅੱਜ ਵੀ। ਪਤਾ ਮੈਨੂੰ ਕਿ ਦੇਖ ਰਹੇ ਆ ਬੰਦਾ 10 ਸਾਲ ਤੋਂ ਬੈੱਡ ਤੇ ਪਿਆ। ਮੈਂ ਕਿਸੇ ਹੋਰ ਬੰਦੇ ਨੂੰ ਨਹੀਂ ਆਖਿਆ ਕਿ ਜਾ ਕੇ ਭਾਈ ਉਹਦੀ ਕਿਸੇ ਮਦਦ ਨਾ ਕਰੋ, ਸਮਝੇ ਮੇਰੀ ਗੱਲ? ਤੁਸੀਂ ਉਹ ਗਲਤ ਪਾਸੇ ਨਹੀਂ ਤੋੜ ਰਹੇ। ਕਿਸੇ ਨੂੰ ਵੀ ਫੋਨ ਲਾਉਣ ਤੋਂ ਪਹਿਲਾਂ ਦੋ ਵਾਰੀ ਸੋਚਣਾ ਪਹਿਲਾਂ, ਠੀਕ ਹੈ? ਤੁਸੀਂ ਉਹਨੂੰ ਕਿਹੜੇ ਰਾਹ ਪਾ ਰਹੇ ਹੋ? ਉਹਨੂੰ ਹੋਇਆ ਕਿ ਅੱਜ ਤੱਕ ਤੁਹਾਨੂੰ ਇਹ ਪਤਾ? ਉਹਨੂੰ ਯਾਰ ਤੁਸੀਂ 2 ਸਾਲ ਤੋਂ ਟ੍ਰੀਟਮੈਂਟ ਉਹਨਾਂ ਟ੍ਰੀਟਮੈਂਟ ਦਾ ਦਿਲਾਸਾ ਦੇ ਰਹੇ ਹੋ, ਉਹਨੂੰ ਹੋਇਆ ਕਿ ਅੱਜ ਤੱਕ? ਡਾਇਗਨੋਸ ਕਿਹਾ ਉਹਦਾ? ਮੈਂ ਤੈਨੂੰ ਮਨਾ ਕੀਤਾ ਹੈ? ਉਹਦਾ ਡਾਇਗਨੋਸ ਕਿਹਾ ਹੈ? ਉਹਨੂੰ ਬਿਮਾਰੀ ਕਿਹੜੀ ਹੋਈ ਹੈ ਜਿਹੜਾ ਕਹਿ ਰਿਹਾ ਮੈਂ ਨਾਲ ਖੜਾ ਹੈ? ਯਾਰ ਫਿਰ ਵੀ ਗੱਲ, ਮੈਂ ਬਿਮਾਰੀ ਦਾ ਨਾਮ ਹੀ ਦੱਸ ਦੋ, ਬਾਕੀ ਲੈ ਗੱਲਾਂ ਤਾਂ ਸਾਡੀ ਹੋ। ਬਿਮਾਰੀ ਉਹਨੂੰ ਕੋਈ ਵੀ ਲੱਗੀ ਹੈ, ਭਾਵੇਂ ਜਿਹੜੀ ਮਰਜ਼ੀ ਲੱਗੀ ਬਿਮਾਰੀ ਉਹਨੂੰ, ਠੀਕ ਹੈ? ਉਹਦਾ ਜੇ ਅੱਜ ਤੱਕ ਵਿਚਾਰੇ ਜੇ ਕਿੰਨੇ ਇਲਾਜ ਨਹੀਂ ਕਰਾ ਪਾਏ ਤੇ ਉਹ ਚ ਦੱਸੋ ਕਸੂਰ ਕਿਹਦਾ? ਉਹ ਅਨਪੜ੍ਹ ਹੈ, ਉਹ ਗਰੀਬ ਹੈ, ਇਹ ਕਸੂਰ ਆ ਉਹਦਾ, ਤਾਂ ਉਹ ਤੁਹਾਡੇ ਡਿੱਕੀ ਗੇੜੇ ਚ ਆ ਜਾਂਦਾ। ਅਨਪੜ੍ਹ ਹੈ, ਅਨਪੜ੍ਹ ਹੈ ਤੇ ਗਰੀਬ ਹੈ ਉਹ, ਤਾਂ ਤੁਹਾਡੇ ਗੇੜੇ ਚ ਆ ਜਾਂਦਾ। ਉਹ ਅਸੀਂ ਤਾਂ ਕਰਾਈ ਦੇਵਾਂਗੇ। ਮੇਰਾ ਨਾਮ ਸਵਰਨਜੀਤ ਸਿੰਘ ਹੈ, ਚੰਗੀ ਤਰ੍ਹਾਂ ਨੋਟ ਕਰ ਲਈ। ਮੋਹਾਲੀ ਤੋਂ ਬੋਲ ਰਿਹਾ। ਨੰਬਰ ਆ ਗਿਆ, ਲਾ ਲਈ ਜਦ ਮਰਜ਼ੀ। ਉਹ ਤੈਨੂੰ ਦੱਸਤਾ ਯਾਰ, ਖਰੜ ਦੇ ਨੇੜੇ ਆ ਮੈਂ, ਜਦ ਮਰਜ਼ੀ ਲਾ ਲਈ ਫੋਨ। ਚੱਲ ਬਸ ਠੀਕ ਹੈ।